ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਆ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ 'ਚ ਸਿਫਰ ਤੇ ਹੋਏ ਕੈਪਟਨ ਭਾਜਪਾ ਅਤੇ ਢੀਂਸਾ ਗਰੁੱਪ ਦਾ ਗੱਠ ਜੋੜ ਵੀ ਸਿਫਰ ਸਾਫਤ ਹੋਵੇਗਾ ਭਗਵੰਤ ਮਾਨ ਪਾ ਦੋਸਤੋ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਵਿਚਕਾਰ ਬਣੀ ਸਾਂਝ ਨੂੰ ਸਿਰੇ ਦੀ ਸਿਆਸੀ ਮੌਕਾ ਪ੍ਰਸਤੀ ਕਰਾਰ ਦਿੰਦੇ ਹੋਏ ਕਿਹਾ ਕਿ ਲੋਕਾਂ ਦੀ ਕਚਹਿਰੀ ਵਿੱਚ ਇਹਨਾਂ ਮੌਕਾ ਪ੍ਰਸਤਾ ਨੂੰ ਅਸਲੀ ਰੂਪ ਦੇ ਵਿੱਚ ਸਮਝਾ ਦੇਵਗੀ ਕਿ ਅਕਲੀਆਂ ਸਿਫਰਾਂ ਜਿੰਨੀਆਂ ਮਰਜ਼ੀ ਜੁੜ ਜਾਣ ਪਰ ਜੋੜ ਸੇਫਰ ਹੀ ਰਹੇਗਾ ਅਗਲੀ ਖਬਰ ਹੈ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਅਧਿਆਪਕਾਂ ਨੇ ਦਿੱਲੀ ਜਾ ਕੇ ਰਾਹੁਲ ਗਾਂਧੀ ਦੇ ਘਰ ਨੂੰ ਪਾਇਆ ਕੇਰਾ ਤਾਂ ਦੋਸਤੋ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਲੜਾਈ ਦਿੱਲੀ ਪਹੁੰਚ ਗਈ ਹੈ ਪੰਜਾਬ ਦੇ 180 ਅਧਿਆਪਕਾਂ ਨੇ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਬੈਠ ਗਏ ਨੇ ਤੇ ਉਹਨਾਂ ਦਾ ਕਹਿਣਾ ਕਿ ਈਟੀਟੀ ਅਧਿਆਪਕਾਂ ਨਾਲ ਬਿਤਕਰੇ ਦੇ ਰੋਸ ਵਜੋਂ ਅਸੀਂ ਧਰਨਾ ਦੇ ਰਹੇ ਹਾਂ ਦੇ ਅਧਿਆਪਕਾਂ ਦਾ ਕਹਿਣਾ ਕਿ ਆਪਣੇ ਮਸਲੇ ਦੇ ਹੱਲ ਲਈ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਹੀ ਬੈਠੇ ਰਹਿਣਗੇ ਤੇ ਉਹਨਾਂ ਦਾ ਕਹਿਣਾ ਕਿ ਪੰਜਾਬ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਇਥੋਂ ਤੱਕ ਕਿ ਸਿੱਖਿਆ ਮੰਤਰੀ ਵੀ ਕੋਈ ਗੱਲ ਨਹੀਂ ਸੁਣ ਰਹੇ ਅਗਲੀ ਖਬਰ ਹੈ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਕੱਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਲੁਧਿਆਣਾ ਤੋਂ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਰੋਡ ਤੇ ਇੱਕ ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਲੁਧਿਆਣਾ ਦੀ ਜਵਾਦ ਸੰਸਨਾ ਦੀ ਫੈਬਰਿਕ ਫੈਕਟਰੀ ਨੂੰ ਅੱਗ ਲੱਗਣ ਦੇ ਬਾਅਦ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਇਹ ਫੈਕਟਰੀ ਫੋਰਟਿਸ ਹਸਪਤਾਲ ਦੇ ਸਾਹਮਣੇ ਹੈ। ਅਗਲੀ ਖਬਰ ਹੈ, ਭਾਜਪਾ ਦਾ ਐਲਾਨ, ਜੇ ਸਰਕਾਰ ਬਣੀ ਤਾਂ 50 ਰੁਪਏ ਚ ਮਿਲੇਗੀ ਸ਼ਰਾਬ ਦੀ ਬੋਤਲ। ਤਾਂ ਦੋਸਤੋ ਭਾਰਤੀ ਜਨਤਾ ਪਾਰਟੀ ਨੇ ਆਂਧਰਾ ਪ੍ਰਦੇਸ਼ ਦੇ ਵਿੱਚ 2024 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੇ ਸੂਬੇ ਦੇ ਲੋਕਾਂ ਨੂੰ 50 ਰੁਪਏ ਵਿੱਚ ਸ਼ਰਾਬ ਦੀ ਬੋਤਲ ਦੇਣ ਦਾ ਵਾਦਾ ਕੀਤਾ ਇਹ ਐਲਾਨ ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਸੋਮੂ ਵੀਰ ਰਾਜੂ ਨੇ ਕੀਤਾ ਸੂਬੇ ਵਿੱਚ ਮਹਿੰਗੀ ਸ਼ਰਾਬ ਦਾ ਵੀਰ ਰਾਜੂ ਨੇ ਜਨਤਕ ਮੀਟਿੰਗ ਵਿੱਚ ਮੁੱਖ ਮੰਤਰੀਆਂ ਦੇ ਵਾਈਐਸ ਜਗਮ ਜਗਨ ਮੂਨ ਰੈਡੀ ਦੀ ਅਗਵਾਈ ਵਾਲੀ ਵਾਈਐਸਆਰ ਕਾਂਗਰਸ ਸਰਕਾਰ ਤੇ ਵਿਰੋਧੀ ਤੇਲਗੂ ਦੇਸ਼ ਪਾਰਟੀ ਦੀ ਆਲੋਚਨਾ ਵੀ ਕੀਤੀ ਹੈ ਅਗਲੀ ਕਵਰ ਹੈ ਨਵਜੋਤ ਸਿੰਘ ਸਿੱਧੂ ਨੇ ਪੁਲਸ ਵਾਲਿਆਂ ਤੇ ਕੀਤੀ ਟਿੱਪਣੀ ਤੇ ਮੰਗੀ ਮਾਫੀ ਤਾਂ ਦੋਸਤੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਾਲੀ ਦੇ ਵਿੱਚ ਆਪਣੇ ਵੱਲੋਂ ਪੁਲਸ ਵਾਲਿਆਂ ਲਈ ਕੀਤੇ ਇਤਰਾਜ਼ਯੋਗ ਬਿਆਨ ਕਰਕੇ ਸੁਰਖੀਆਂ ਵਿੱਚ ਰਹੇ ਤੇ ਇਸ ਬਿਆਨ ਕਰਕੇ ਸਿੱਧੂ ਹਰ ਪਾਸੇ ਤੋਂ ਹਮਲਿਆਂ ਵਿੱਚ गिर ਗਏ ਸੀ ਜਿਸ ਤੋਂ ਬਾਅਦ ਪੁਲਸ ਦੇ ਕਈ ਅਧਿਕਾਰੀਆਂ ਸਮੇਤ ਸਿੱਧੂ ਦੀ ਵਿਰੋਧੀ ਧਿਰ ਤੇ ਵੀ ਨਿਸ਼ਾਨਾ ਲਾਇਆ ਆਪਣੇ ਬਿਆਨ ਕਰਕੇ ਬਦਰ ਹੀ ਮੁਸ਼ਕਲਾਂ ਕਰਕੇ ਆਖਰਕਾਰ ਜਨਤਕ ਤੌਰ ਤੇ ਸਿੱਧੂ ਨੇ ਇਸ ਬਿਆਨ ਕਰਕੇ ਮਾਫੀ ਮੰਗ ਲਈ ਹੈ। ਅਗਲੀ ਖਬਰ ਹੈ ਭਾਜਪਾ ਦੇ ਵਿੱਚ ਸ਼ਾਮਲ ਹੁੰਦਿਆਂ ਹੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਮਿਲੀ ਜੈਡ ਪਲੱਸ ਸਿਕਿਉਰਿਟੀ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਪੰਜਾਬ ਵਿੱਚ ਅਗਲੇ 2 ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਕਾਰਨ ਸਿਆਸੀ ਪਾਰਟੀਆਂ ਆਪਣਾ ਕੰਮਰ ਕੱਸਦੀਆਂ ਨਜ਼ਰ ਆ ਰਹੀਆਂ ਨੇ ਤੇ ਇਸ ਦੇ ਨਾਲ ਹੀ ਪੰਜਾਬ ਦੇ ਆਗੂਆਂ ਵੱਲੋਂ ਇੱਕ ਪਾਰਟੀ ਛੱਡ ਕੇ ਦੂਜੀ ਵਿੱਚ ਸ਼ਾਮਲ ਹੋਣ ਦਾ ਸੈਂਸਲਾ ਵੀ ਸ਼ੁਰੂ ਹੋ ਗਿਆ ਤੇ ਫਿਲਹਾਲ ਇਸ ਸਭ ਦੇ ਵਿਚਕਾਰ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਰਕਸਾ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਦਰਅਸਲ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਸੁਰੱਖਿਆ ਨੂੰ 22 ਰੈਣੀ ਤੋਂ ਜੈਡ ਰੈਣੀ ਵਿੱਚ ਅਪਗ੍ਰੇਡ ਕਰ ਦਿੱਤਾ ਹੈ। ਅਧਿਕਾਰਤ ਸੂਚਨਾ ਨੇ ਇਹ ਜਾਣਕਾਰੀ ਦਿੱਤੀ ਹੈ। ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੇ ਜਾਣੇ ਪਛਾਣੇ ਆਗੂ ਵੀ ਨੇ। ਇਸ ਦੇ ਨਾਲ ਹੀ ਉਹ ਦਿੱਲੀ ਸਿੱਖ ਗੁਰਦਵਾਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਅਗਲੀ ਖਬਰ ਹੁਣ ਇਸ ਸ਼ਹਿਰ ਦੇ ਵਿੱਚ 25 ਰੁਪਏ ਸਸਤਾ ਮਿਲੇਗਾ ਪੈਟਰੋਲ ਅਤੇ ਡੀਜ਼ਲ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਨਵੇਂ ਸਾਲ ਦੇ ਵਿੱਚ ਝਾਰਖੰਡ ਦੇ ਵਿੱਚ ਪੈਟਰੋਲ ਅਤੇ ਡੀਜ਼ਲ 25 ਰੁਪਏ ਸਸਤਾ ਮਿਲੇਗਾ ਝਾਰਖੰਡ ਸੂਬੇ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਹ ਐਲਾਨ ਕੀਤਾ ਹੈ ਪਰ ਇਸ ਸਸਤੇ ਪੈਟਰੋਲ ਅਤੇ ਡੀਜ਼ਲ ਦਾ ਲਾਭ ਸਿਰਫ ਬੀਪੀਐਲ ਕਾਰਡ ਧਾਰਕਾਂ ਨੂੰ ਹੀ ਮਿਲੇਗਾ ਅਗਲੀ ਕਵਰੇ ਸਟੇਟ ਬੈਂਕ ਆਫ ਇੰਡੀਆ ਨੇ ਕੱਡੀਆਂ ਭਰਤੀਆਂ ਇਸ ਲਿੰਕ ਤੇ ਜਾ ਕੇ ਕਰੋ ਅਪਲਾਈ ਤਾਂ ਦੋਸਤੋ ਸਟੇਟ ਬੈਂਕ ਆਫ ਇੰਡੀਆ ਨੇ ਸਪੈਸ਼ਲਿਸਟ ਕੈਡਰ ਆਫਸਰ ਦੀਆਂ ਅਸਾਮੀਆਂ ਦੇ ਲਈ ਅਰਜ਼ੀਆਂ ਦੀ ਮੰਗ ਮੰਗੀ ਹੈ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ ਚੀਫ ਮੈਨੇਜਰ, ਐਸ ਮੈਨੇਜਰ, ਡੀ ਭਰਤੀ ਮੈਨੇਜਰ, ਅਸਿਸਟੈਂਟ ਮੈਨੇਜਰ, ਇੰਟਰਨਲ, ਹੋਬਡਮੈਨ ਦੇ ਅਹੁਦੇ ਲਈ ਇਹ ਭਰਤੀਆਂ ਖੁੱਲੀਆਂ ਗਈਆਂ ਨੇ। ਅਗਲੀ ਖਬਰ ਹੈ ਫਰਾਂਸ ਦੇ ਵਿੱਚ ਕਰੋਨਾ ਧਮਾਕਾ 2,80,000 ਆਏ ਨਵੇਂ ਕੇਸ ਤੇ ਅਮਰੀਕਾ ਦੇ ਵਿੱਚ ਵੀ ਰਿਕਾਰਡ ਕੀਤੇ 4,41,000 ਨਵੇਂ ਮਾਮਲੇ ਉਮੀ ਕਰੋਨ ਨੇ ਮਚਾਈ ਤਬਾਹੀ ਤਾਂ ਦੋਸਤੋ ਤੁਹਾਨੂੰ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਬਾਰੇ WHO ਨੇ ਇੱਕ ਵਾਰ ਫਿਰ ਖਬਰਦਾਰ ਕੀਤਾ ਹੈ ਮਹਾਮਾਰੀ ਦੇ ਫਿਰ ਤੋਂ ਗੰਭੀਰ ਹੋਣ ਦੇ ਸੰਕੇਤ ਦਿੰਦੇ ਹੋਏ ਇਸ ਸੰਗਠਨ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ ਪਿਛਲੇ ਹਫ਼ਤੇ ਕਰੋਨਾ ਦੇ ਮਾਮਲਿਆਂ ਵਿੱਚ ਉਸ ਤੋਂ ਪਹਿਲਾਂ ਦੇ ਹਫ਼ਤਿਆਂ ਦੇ ਮੁਕਾਬਲੇ 11% ਵਾਧਾ ਹੋਇਆ ਤੇ ਅਮਰੀਕਾ ਮਹਾਦੀਪ ਦੇ ਦੇਸ਼ਾਂ ਵਿੱਚ ਸਭ ਤੋਂ ਵੱਧਾ ਦੇਖਣ ਨੂੰ ਮਿਲਿਆ ਹੈ ਅਮਰੀਕਾ ਦੇ ਵਿੱਚ ਤਾਂ ਕਰੋਨਾ ਦਾ ਕਹਿਰ ਬਣ ਕੇ ਟੁੱਟਿਆ ਤੇ ਪਿਛਲੇ 24 ਘੰਟਿਆਂ ਦੇ ਵਿੱਚ ਇੱਥੇ ਕਰੀਬ 4.5 ਲੱਖ ਦੇ ਕਰੀਬ ਮਾਮਲੇ ਦਰਜ ਕੀਤੇ ਗਏ ਨੇ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਜਾਰੀ ਆਪਣੀ ਹਫਤਾਵਾਰੀ ਮਹਾਮਾਰੀ ਰਿਪੋਰਟ ਦੇ ਵਿੱਚ ਕਿਹਾ ਕਿ 20 ਤੋਂ 26 ਦਸੰਬਰ ਵਿਚਕਾਰ ਦੁਨੀਆ ਭਰ ਚ ਕਰੀਬ 50 ਲੱਖ 9 ਮਾਮਲੇ ਸਾਹਮਣੇ ਆਏ ਨੇ। ਇਹਨਾਂ ਦੇ ਵਿੱਚੋਂ ਅੱਧੇ ਤੋਂ ਵੱਧ ਮਾਮਲੇ ਯੂਰਪ ਦੇ ਵਿੱਚ ਆਏ ਨੇ ਜਿਨ੍ਹਾਂ ਦੀ ਗਿਣਤੀ 28.4 ਲੱਖ ਹੈ। ਅਗਲੀ ਖਬਰ ਹੈ ਸਰਕਾਰੀ ਸੂਤਰਾਂ ਦਾ ਦਾਵਾ 12 ਕਰੋੜ ਦੀ ਨਹੀਂ ਹੈ ਪ੍ਰਧਾਨ ਮੰਤਰੀ ਦੀ ਨਵੀਂ ਕਾਰ ਤਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਵਿੱਚ ਸ਼ਾਮਲ ਹੋਈ ਨਵੀਂ ਕਾਰ ਦੀ ਕੀਮਤ ਨੂੰ ਲੈ ਕੇ ਸਰਕਾਰੀ ਸੂਤਰਾਂ ਨੇ ਵੱਡਾ ਖੁਲਾਸਾ ਕੀਤਾ ਇੱਕ ਰਿਪੋਰਟ ਦੇ ਮੁਤਾਬਕ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਮੀਡੀਆ ਰਿਪੋਰਟਾਂ ਚ ਦੱਸੀ ਜਾ ਰਹੀ ਕੀਮਤ ਬਿਲਕੁਲ ਗਲਤ ਹੈ ਸੂਤਰਾਂ ਨੇ ਦੱਸਿਆ ਕਿ ਕਾਰ ਦੀ ਅਸਲ ਕੀਮਤ ਰਿਪੋਰਟ ਵਿੱਚ ਦੱਸੀ ਜਾ ਰਹੀ ਕੀਮਤ ਦੀ 1 ਤਿਹਾਈ ਹੈ ਜੇਕਰ ਜੋਗਾ ਕਿ ਮੀਡੀਆ ਰਿਪੋਰਟਾਂ ਨੇ ਇਸ ਕਾਰ ਦੀ ਕੀਮਤ ਨੂੰ 12 ਕਰੋੜ ਵਿੱਚ ਦੱਸਿਆ ਜਦਕਿ ਸਰਕਾਰੀ ਨਿਯਮ ਦੇ ਅਨੁਸਾਰ ਇਸ ਬੁਲਟ ਪ੍ਰੂਫ ਕਾਰ ਦੀ ਕੀਮਤ 4 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ ਅਗਲੀ ਖਬਰ ਹੈ ਪਿਊਸ਼ ਜੈਨ ਤੋਂ ਬਰਾਮਦ ਹੋਏ 284 ਕਰੋੜ ਰੁਪਏ ਤੋਂ ਹਰਾਨ ਹੋ ਤਾ ਰਾਜਸਥਾਨ ਚ ਮਿਲਿਆ ਕਾਲਾ ਧਨ ਉਡਾ ਦੇਵੇਗਾ ਨੀਂਦ ਤਾ ਦੋਸਤੋ ਪਿਛਲੇ ਕਈ ਦਿਨਾਂ ਤੋਂ ਕਨੌਜ ਦੇ ਵਿੱਚ ਪਰਫਿਊਮ ਵਪਾਰੀ ਪਿਊਸ ਜੈਨ ਤੇ ਸਾਫੇ ਦੀਆਂ ਖਬਰਾਂ ਆ ਰਹੀਆਂ ਨੇ ਹੁਣ ਤੱਕ ਇਨ੍ਹਾਂ ਸਾਫਿਆਂ ਤੋਂ ਕਰੀਬ 284 ਕਰੋੜ ਰੁਪਏ ਦੀ ਬਰਾਮਦਗੀ ਹੋ ਚੁੱਕੀ ਹੈ ਇਸ ਦੇ ਦਰਮਿਆਨ ਇਨਕਮ ਟੈਕਸ ਰੇਡ ਨਾਲ ਜੁੜੀ ਇੱਕ ਖਬਰ ਰਾਜਸਥਾਨ ਤੋਂ ਵੀ ਆ ਰਹੀ ਹੈ ਇਨਕਮ ਟੈਕਸ ਵਿਭਾਗ ਨੇ ਬਿਜਲੀ ਦਾ ਸਮਾਨ ਬਣਾਉਣ ਵਾਲੇ ਅਤੇ ਕਰਜ਼ੇ ਦੇਣ ਦੇ ਬਿਜ਼ਨਸ ਨਾਲ ਜੁੜੇ ਰਾਜਸਥਾਨ ਦੇ ਦੋ ਸਮੂਹਾਂ ਤੇ ਸਾਫੇ ਮਾਰੀ ਵਿੱਚ 300 ਕਰੋੜ ਰੁਪਏ ਦੀ ਬੇਹਸਾਬੀ ਕਮਾਈ ਦਾ ਪਤਾ ਲਗਾਇਆ ਹੈ ਅਗਲੀ ਖਬਰ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਿਸ਼ਟ ਲੋਕਾਂ ਦੀ ਸੂਚੀ ਵਿੱਚ ਹੋਏ ਸ਼ਾਮਲ ਤਾਂ ਦੋਸਤੋ ਔਰ ਗ੍ਰੇਨਾਈਟ ਕ੍ਰਾਈਮ ਦੇ ਵਿੱਚ ਕ੍ਰਾਪਸ ਰਿਪੋਰਟਿੰਗ ਪ੍ਰੋਜੈਕਟ ਨੇ ਇਸ ਸਾਲ ਦੇ ਪ੍ਰਿਸ਼ਟ ਆਗੂਆਂ ਦੀ ਸੂਚੀ ਵਿੱਚ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸਰਫ ਕਾਨੀ ਨੂੰ ਸ਼ਾਮਲ ਕੀਤਾ ਹੈ ਦੁਨੀਆ ਦੇ ਸਭ ਤੋਂ ਪ੍ਰਿਸ਼ਟ ਲੋਕਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਵੇਲਾਰੂ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਸਾਕੂ ਨੇ ਇਸ ਇਸ ਸੂਚੀ ਦੇ ਵਿੱਚ ਸੀਰੀਆ ਦੇ ਤਾਨਾ ਸਾ ਬਸਰ ਅਲ ਅਸਦ ਤੁਰਕੀ ਦੇ ਰਾਸ਼ਟਰਪਤੀ ਰੈਸਪ ਤਾਇਪ ਯਰ ਦੋਗਨ ਤੇ ਆਸਟ੍ਰੇਲੀਆ ਦੇ ਚਾਂਸਲਰ ਸੇਬਾਸਟੀਅਨ ਗੁਰਜ ਸਮਲ ਨੇ ਅਗਲੀ ਖਬਰ ਹੈ ਕਿਸਾਨਾਂ ਦੇ ਲਈ ਖੁਸ਼ਖਬਰੀ ਨਵੇਂ ਸਾਲ ਤੇ 1 ਜਨਵਰੀ ਨੂੰ ਮਿਲੇਗੀ 10ਵੀਂ ਕਿਸ਼ਤਾਂ ਤਾਂ ਦੋਸਤੋ ਪੀਐਮ ਕਿਸਾਨ ਯੋਜਨਾ ਦੀ 10ਵੀਂ ਕਿਸ਼ਤ 1 ਜਨਵਰੀ ਨੂੰ ਦੁਪਹਿਰੇ 12:00 ਵਜੇ ਨਵੇਂ ਸਾਲ ਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਵੇਗੀ ਤੁਹਾਨੂੰ ਦੱਸਿਏ ਇੱਕ ਟਵੀਟ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੇ ਸਾਲ ਦਸੰਬਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸੱਤਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਸੀ ਇਸ ਤੋਂ ਬਾਅਦ ਦੋ ਹੋਰ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਤੇ ਹੁਣ ਇਹ ਕਿਸ਼ਤ ਜਿਸ ਨੂੰ 10ਵੀਂ ਕਿਸ਼ਤ ਕਿਹਾ ਜਾ ਰਿਹਾ ਜਨਵਰੀ ਦੀ 1 ਤਰੀਕ ਨੂੰ 12 ਵਜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ ਅਗਲੀ ਖਬਰ ਹੈ ਪੰਜਾਬ ਮਾਡਲ ਕਰਾਂਗੇ ਲਾਂਚ 3 ਕਰੋੜ ਤੋਂ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ ਰਾਗਵ ਚੱਡਾ ਤਾਂ ਦੋਸਤੋ ਚੰਡੀਗੜ੍ਹ ਨਗਰ ਨਿਗਮ ਚੋਣਾਂ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ ਨੇ ਹੁਣ ਪਾਰਟੀ ਦੀਆਂ ਨਜ਼ਰਾਂ ਪੰਜਾਬ ਦੀਆਂ ਚੋਣਾਂ ਤੇ ਨੇ ਜਿਸ ਵਿੱਚ ਪਾਰਟੀ ਵੱਲੋਂ ਬਹੁਮਤ ਦੇ ਨਾਲ ਸਰਕਾਰ ਬਣਾਉਣ ਦਾ ਦਾਵਾ ਵੀ ਕੀਤਾ ਜਾ ਰਿਹਾ ਤੇ ਪਾਰਟੂ ਪਾਰਟੀ ਆਗੂਆਂ ਦਾ ਕਹਿਣਾ ਕਿਸ ਵਾਰ ਪੰਜਾਬ ਦੀ ਜਨਤਾ ਉਹਨਾਂ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੀ ਹੈ ਅਗਲੀ ਖਬਰ ਹੈ ਪਾਕਿਸਤਾਨ ਨੇ ਚੀਨ ਤੋਂ ਖਰੀਦੇ 25 ਲੜਾਕੂ ਜਹਾਜ਼ ਤਾਂ ਦੋਸਤੋ ਪਾਕਿਸਤਾਨ ਨੇ ਚੀਨ ਤੋਂ 25 ਮਲਟੀ ਰੋਲ ਜੇ-10ਸੀ ਲੜਾਕੂ ਜਹਾਜ਼ਾਂ ਦੀ ਇੱਕ ਪੂਰੀ ਸਕੁਐਡ ਖਰੀਦੀ ਹੈ ਪਾਕਿਸਤਾਨ ਨੇ ਭਾਰਤ ਦੁਆਰਾ ਰਾਫੇ ਲੜਾਕੂ ਜਹਾਜ਼ਾਂ ਦੀ ਖਰੀਦ ਕੀਤੇ ਜਾਣ ਦੇ ਜਵਾਬ ਵਿੱਚ ਇਹ ਜਹਾਜ਼ ਖਰੀਦੇ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸੇਖ ਰਸ਼ਦ ਅਹਿਮਦ ਨੇ ਇਹ ਜਾਣਕਾਰੀ ਦਿੱਤੀ ਹੈ ਸੇਖ ਰਸ਼ਦ ਅਹਿਮਦ ਨੇ ਰਾਵਲਪਿੰਡੀ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਜੇ-10ਸੀ ਦੇ 25 ਜਹਾਜ਼ਾਂ ਦਾ ਇੱਕ ਪੂਰਾ ਸਕੁਐਡ ਅਗਲੇ ਸਾਲ 23 ਮਾਰਚ ਨੂੰ ਪਾਕਿਸਤਾਨ ਦਿਵਸ ਸਮਰੋਹ ਦੇ ਵਿੱਚ ਹਿੱਸਾ ਲਵੇਗਾ ਜੇ 10C ਨੂੰ ਚੀਨ ਦਾ ਸਭ ਤੋਂ ਵਧੀਆ ਲੜਾਕੂ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੇ 10C ਹਰ ਤਰ੍ਹਾਂ ਦੇ ਮੌਸਮ ਵਿੱਚ ਉਡਾਣ ਭਰਨ ਵਿੱਚ ਸਮਰੱਥ ਹੈ ਪਾਕਿਸਤਾਨ ਦੇ ਕੋਲ ਹਾਲਾਂਕਿ ਅਮਰੀਕਾ ਤੋਂ ਬਣੇ F16 ਸ਼੍ਰੇਣੀ ਦੇ ਲੜਾਕੂ ਜਹਾਜ਼ਾਂ ਦਾ ਇੱਕ ਬੇੜਾ ਵੀ ਮੌਜੂਦ ਹੈ ਅਗਲੀ ਖਬਰ ਹੈ ਕਾਲਜ ਯੂਨੀਵਰਸਿਟੀ ਵਿੱਚ ਪੜਨ ਵਾਲੇ ਵਿਦਿਆਰਥੀਆਂ ਲਈ ਚੰਗੀ ਖਬਰ ਮੁੱਖ ਮੰਤਰੀ ਚੰਨੀ ਨੇ ਕੀਤਾ ਵੱਡਾ ਐਲਾਨ ਤਾਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਟ੍ਰਾਂਸਪੋਰਟ ਵਿਭਾਗ ਦੇ ਵਿੱਚ 58 ਨਵੀਆਂ ਸਰਕਾਰੀ ਬੱਸਾਂ ਸ਼ਾਮਲ ਕੀਤੀਆਂ ਗਈਆਂ ਨੇ ਇਸ ਦੌਰਾਨ ਨਵੀਆਂ ਬੱਸਾਂ ਨੂੰ ਹਰੀ ਚੰਡੀ ਦੇਣ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਟ੍ਰਾਂਸਪੋਰਟ ਵਿਭਾਗ ਵਿੱਚ ਕਾਇਆ ਕਲਪ ਕੀਤੀ ਗਈ ਹੈ ਤਿੰਨ ਮਹੀਨਿਆਂ ਦੇ ਵਿੱਚ ਟ੍ਰਾਂਸਪੋਰਟ ਮੰਤਰੀ ਰਾਜਾ ਬੜਿੰਗ ਨੇ ਚੰਗੀ ਕਾਰਗੁਜ਼ਾਰੀ ਕੀਤੀ ਹੈ ਇਸ ਦੇ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਬੱਸਾਂ ਦੇ ਵਿੱਚ ਫ੍ਰੀ ਸੇਵਾ ਮੁਹੱਈਆ ਕਰਵਾਈ ਜਾਵੇਗੀ ਤੇ ਇਹਨਾਂ ਦੇ ਲਈ ਉਹਨਾਂ ਦੇ ਪਾਸ ਵੀ ਬਣਵਾਏ ਜਾਣਗੇ ਤੇ ਉਹਨਾਂ ਨੇ ਕਿਹਾ ਕਿ ਭਾਵੇਂ ਵਿਦਿਆਰਥੀ ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਦੇ ਹੋਣ ਪਰ ਉਹਨਾਂ ਦਾ ਫ੍ਰੀ ਬੱਸ ਪਾਸ ਬਣਾਇਆ ਜਾਵੇਗਾ ਜਿਸ ਦੇ ਤਹਿਤ ਉਹ ਸਰਕਾਰੀ ਬੱਸਾਂ ਦੇ ਵਿੱਚ ਫ੍ਰੀ ਬੱਸ ਸਫ਼ਰ ਦੀ ਸਹੂਲਤ ਦਾ ਆਨੰਦ ਲੈ ਸਕਣਗੇ ਅਗਲੀ ਖਬਰ ਹੈ ਆਈਟੀਆਰ ਦੀ ਈ-ਵੇਰੀਫਿਕੇਸ਼ਨ ਦਾ ਸਮਾਂ 28 ਫਰਵਰੀ ਤੱਕ ਵਧਾਇਆ ਤਾਂ ਦੋਸਤੋ ਆਮਦਨ ਕਰ ਵਿਭਾਗ ਨੇ ਵਿੱਤੀ ਸਾਲ 19-20 ਦੇ ਲਈ ਆਮਦਨ ਕਰ ਰਿਟਰਨ ਦੀ ਈ-ਵੇਰੀਫਿਕੇਸ਼ਨ ਤੋਂ ਬਾਂਝੇ ਰਹਿ ਗਏ ਵਿਅਕਤੀਆਂ ਨੂੰ ਈ-ਵੇਰੀਫਿਕੇਸ਼ਨ ਦੀ ਪ੍ਰਕਿਰਿਆ ਮੁਕੰਮਲ ਕਰਨ ਦੇ ਲਈ 28 ਫਰਵਰੀ 2022 ਤੱਕ ਛੋਟ ਦੇ ਦਿੱਤੀ ਹੈ ਅਗਲੀ ਖਬਰ ਹੈ ਤਿੰਨ ਅਕਾਲੀ ਆਗੂ ਅਤੇ ਸਾਬਕਾ ਕਾਂਗਰਸੀ ਵਿਧਾਇਕ ਭਾਜਪਾ ਦੇ ਵਿੱਚ ਹੋਏ ਸ਼ਾਮਲ ਤਾ ਦੋਸਤੋ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਸਹਿ ਪਾਠੀ ਜਗਦੀਪ ਸਿੰਘ ਨਕਈ ਪਾਰਟੀ ਦਾ ਜਨਰਲ ਸਕੱਤਰ ਤੇ ਖਜ਼ਾਨਚੀ ਰਵੀਪ੍ਰੀਤ ਸਿੰਘ ਸਿੱਧੂ ਹਰਪਾਗ ਸਿੰਘ ਦੇਸੂ ਅਤੇ ਸਾਬਕਾ ਕਾਂਗਰਸੀ ਵਿਧਾਇਕ ਸੁਮਸ਼ੇਰ ਸਿੰਘ ਰਾਏ ਨੇ ਆਪ ਨੂੰ ਆਪਣੀ ਪਾਰਟੀ ਛੱਡ ਕੇ ਭਾਜਪਾ ਵਿੱਚ ਜਾ ਕੇ ਸ਼ਾਮਲ ਹੋ ਗਏ ਨੇ। ਅਗਲੀ ਖਬਰ ਹੈ ਭਾਰਤ ਦੇ ਵਿੱਚ ਉਮੀ ਕਰੋਨ ਦੇ ਮਰੀਜ਼ਾਂ ਦੀ ਗਿਣਤੀ 781 ਤੱਕ ਪੁੱਜੀ ਤੇ ਕਰੋਨਾ ਦੇ 9995 ਨਵੇਂ ਮਾਮਲੇ। ਤਾਂ ਦੋਸਤੋ ਭਾਰਤ ਦੇ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਓਮੀ ਕਰੋਨ ਦੇ ਹੁਣ ਤੱਕ 781 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ 241 ਜਾਣੇ ਠੀਕ ਵੀ ਹੋ ਗਏ ਨੇ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਿੱਲੀ ਵਿੱਚ ਸਭ ਤੋਂ ਵੱਧ ਓਮੀ ਕਰੋਨ ਦੇ 238 ਮਾਮਲੇ ਦਰਜ ਕੀਤੇ ਗਏ ਨੇ। ਜਿਸ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ 167 ਮਾਮਲੇ ਤੇ ਗੁਜਰਾਤ ਦੇ ਵਿੱਚ 73, ਕੇਰਲਾ ਦੇ ਵਿੱਚ 65 ਤੇ ਤਿਲੰਗਾਣਾ ਦੇ ਵਿੱਚ 62 ਮਾਮਲੇ ਸਾਹਮਣੇ ਆਏ ਨੇ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਭਾਰਤ ਦੇ ਅੰਦਰ ਕੋਵਿਡ-19 ਦੇ 9195 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 3 ਕਰੋੜ 48 ਲੱਖ 8886 ਤੱਕ ਪੁੱਜ ਚੁੱਕੀ ਹੈ। ਇਸੇ ਸਮੇਂ ਦੌਰਾਨ ਪਿਛਲੇ 24 ਘੰਟਿਆਂ ਦੇ ਦੌਰਾਨ 302 ਮੌਤਾਂ ਹੋਈਆਂ ਨੇ ਜਿਸ ਤੋਂ ਬਾਅਦ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ 480592 ਤੱਕ ਪੁੱਜ ਚੁੱਕੀ ਹੈ। ਅਗਲੀ ਖਬਰ ਹੈ ਚੰਡੀਗੜ੍ਹ ਦੇ ਮੇਅਰ ਦੀ ਚੋਣ ਬਾਰੇ ਪੰਬਲਪੂਸਾ ਤਾਂ ਦੋਸਤੋ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਆਏ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਕਰਕੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਪੰਬਲਪੂਸਾ ਕਾਇਮਾ ਤੇ ਸਥਿਤੀ ਕਸੂਤੀ ਬਣੀ ਹੋਈ ਹੈ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ 14 ਸੀਟਾਂ ਜਿੱਤ ਕੇ ਮੋਰੀ ਬਣੀ ਹੈ ਤੇ 12 ਸੀਟਾਂ ਨਾਲ ਭਾਜਪਾ ਦੋਵੇਂ ਅਤੇ ਤੀਜੇ ਨੰਬਰ ਤੇ 8 ਸੀਟਾਂ ਨਾਲ ਕਾਂਗਰਸ ਬਣੀ ਹੈ ਅਗਲੀ ਖਬਰ ਹੈ ਸਿੱਧੂ ਨੇ ਈਡੀ ਤੇ ਲਾਏ ਦੋਸ਼ ਤੇ ਕੁਝ ਨਿੱਤਾ ਏਜੰਸੀਆਂ ਦੇ ਦਬਾਅ ਹੇਠ ਪਾਰਟੀ ਸੱਡ ਰਹੇ ਨੇ ਤਾਂ ਦੋਸਤੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਐਲਾਨ ਕੀਤਾ ਕਿ ਆਰਥਿਕ ਸਥਿਤੀ ਦੇ ਹਿਸਾਬ ਨਾਲ ਉਹਨਾਂ ਨੇ ਜਾਂਚ ਏਜੰਸੀਆਂ ਤੇ ਪੰਜਾਬ ਦੇ ਆਗੂਆਂ ਤੇ ਦਬਾਅ ਬਣਾਉਣ ਦੇ ਦੋਸ਼ ਵੀ ਲਾਏ ਨੇ ਤੇ ਪੰਜਾਬ ਵਿੱਚ 2022 ਵਿੱਚ ਚੋਣਾਂ ਹੋਣੀਆਂ ਨੇ ਤੇ ਕਾਂਗਰਸ ਵੱਲੋਂ ਉਮੀਦਵਾਰਾਂ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਫਤੇ ਸਿੰਘ ਬਾਜਪਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕਿਉਂਕਿ ਉਹਨਾਂ ਨੂੰ ਕਾਂਗਰਸ ਦੇ ਵਿੱਚ ਟਿਕਟ ਨਹੀਂ ਮਿਲ ਰਹੀ ਸੀ ਤੇ ਇਸ ਲਈ ਫਤੇ ਸਿੰਘ ਬਾਜਪਾ ਭਾਜਪਾ ਦੇ ਵਿੱਚ ਜਾ ਕੇ ਸ਼ਾਮਲ ਹੋਏ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸਾਡੇ ਕੋਲ ਉਹਨਾਂ ਨਾਲੋਂ ਹੋਰ ਬਿਹਤਰ ਵਿਕਲਪ ਵਿਕਲਪ ਮੌਜੂਦ ਨੇ ਉਹਨਾਂ ਨੇ ਦੋਸ਼ ਲਾਇਆ ਕਿ ਕੁਝ ਆਗੂ ED ਅਤੇ ਹੋਰ ਏਜੰਸੀਆਂ ਦੇ ਦਬਾਅ ਹੇਠ ਪਾਰਟੀਆਂ ਛੱਡ ਰਹੇ ਨੇ ਅਗਲੀ ਖਬਰ ਹੈ ਪੀਐਮ ਮੋਦੀ ਦੇ ਪੰਜਾਬ ਦੌਰੇ ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ ਉਹ ਸੂਬੇ ਦੇ ਹਿੱਤ ਲਈ ਨਹੀਂ ਚੋਣਾਂ ਦੇ ਲਈ ਆ ਰਿਹਾ ਪੰਜਾਬ ਤਾਂ ਦੋਸਤੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਲੰਬੀ ਦੇ ਦੌਰੇ ਦੌਰਾਨ ਬੋਲਦਿਆਂ ਕਿਹਾ ਕਿ ਸੂਬੇ ਦੇ ਹਿੱਤ ਲਈ ਮੋਦੀ ਪੰਜਾਬ ਨਹੀਂ ਆ ਰਿਹਾ ਸਗੋਂ ਉਹ ਹੋਣ ਵਾਲੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਆ ਰਿਹਾ ਹੈ ਤੇ ਦੋਸਤੋ ਏਸ ਹੀ ਅੱਜ ਦੀ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬਨੇ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਧੰਨਵਾਦ ਪਿਆਰ ਕਰਨਾ ਜਾਂ ਛੁੜਵਾਣਾ ਬਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਣੇ ਚ ਹੈ ਜਾਂ ਕਿਸੇ ਦੀ ਧੀ ਕਿਸੇ ਦੂਸਰੇ ਦੇ ਕਹਣੇ ਚ ਹੈ ਪ੍ਰੇਮੀ ਪ੍ਰੇਮ ਕਾਚ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ 골ਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 9501284753